ਪੰਚਾਇਤੀ ਚੋਣਾਂ ਦੇ ਵਿੱਚ ਪਏ ਕਈ ਤਰ੍ਹਾਂ ਦੇ ਰੜਕੇ ਨੇ ਹੁਣ ਆਪਣੀ ਜਗ੍ਹਾ ਦੇ ਉੱਤੇ ਚਰਚਾ ਛੇੜ ਦਿੱਤੀ ਹੈ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਦੀ ਗਿਣਤੀ 600 ਤੋਂ ਪਾਰ ਹੋ ਚੁੱਕੀ ਹੈ ਇਸ ਦੇ ਬਾਰੇ ਵੀ ਦੱਸਾਂਗੇ ਔਰ ਕਿੰਨੀਆਂ ਕਿਉਂਕਿ ਪਹਿਲੀਆਂ ਜਦੋਂ 300 ਦੇ ਕਰੀਬ ਪੈਂਦੀਆਂ ਨੇ ਪਟੀਸ਼ਨਾਂ ਉਸ ਦੇ ਵਿੱਚੋਂ 270 ਦੇ ਲਗਭਗ ਪੰਚਾਇਤੀ ਚੋਣਾਂ ਦੇ ਉੱਤੇ ਰੋਕ ਲੱਗ ਜਾਂਦੀ ਹੈ ਜਿਹੜੀ ਕਿ ਅੱਗੇ ਜਾ ਕੇ 16 ਤਰੀਕ ਤੱਕ ਰੋਕ ਜਾਰੀ ਰਹੇਗੀ ਹਾਲਾਂਕਿ 15 ਨੂੰ ਆਮ ਚੋਣਾਂ ਵੀ ਹੋਣੀਆਂ ਨੇ ਉਹਨਾਂ ਪੰਚਾਇਤਾਂ ਦੇ ਵਿੱਚ ਤਾਂ ਫਿਲਹਾਲ ਦੀ ਘੜੀ ਕੋਈ ਅਸਾਰ ਨਹੀਂ ਕਿ ਨੇਪਰੇ ਚੜਨ ਗਿਆ ਚੋਣਾ ਉਹ ਕਦੋਂ ਹੁੰਦੀਆਂ ਨੇ ਉਹ ਬਾਅਦ ਦੀਆਂ ਗੱਲਾਂ ਨੇ ਉਸ ਤੋਂ ਬਾਅਦ ਪਹਿਲੇ ਫੈਸਲੇ ਤੋਂ ਬਾਅਦ ਲਗਾਤਾਰ ਧੜਾ ਧੜ ਗਿਣਤੀ ਵਧਦੀ ਗਈ ਤੇ ਪਟੀਸ਼ਨਾਂ ਦੀ ਗਿਣਤੀ ਹੌਲੀ-ਹੌਲੀ ਕਰਦੇ ਆ 600 ਤੋਂ ਪਾਰ ਹੋ ਗਈ ਪਰ ਇੱਕ ਬੜੀ ਦਿਲਚਸਪ ਗੱਲ ਹੈ ਕਿ ਪਹਿਲੀ ਵਾਰੀ ਇੱਕ RO ਦੇ ਖਿਲਾਫ ਚੋਣ ਕਮਿਸ਼ਨ ਕਿਵੇਂ ਦਾ ਐਕਸ਼ਨ ਲਵੇ ਔਰ ਚੋਣ ਕਮਿਸ਼ਨ ਨੂੰ ਹਾਈ ਕੋਰਟ ਨੇ ਜਿਹੜੇ ਨੇ ਇੱਕ ਪਿੰਡ ਦਾ ਜਦੋਂ ਕੇਸ ਆਇਆ ਪਟੀਸ਼ਨ ਆਈ ਤੇ ਉਸ ਦੇ ਵਿੱਚ ਹੁਕਮ ਜਾਰੀ ਕੀਤੇ ਨੇ ਪਹਿਲੀ ਵਾਰੀ ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਇੱਕ RO ਦੇ ਖਿਲਾਫ ਕਾਰਵਾਈ ਕਰਨ ਦੇ ਜਿਹੜੇ ਹੁਕਮ ਦੇ ਕੇ ਸਟੇਟਸ ਰਿਪੋਰਟ ਪੇਸ਼ ਕਰਨ ਦੇ ਲਈ ਹੁਕਮ ਦਿੰਦਾ ਹੈ ਦਰਅਸਲ ਜ਼ਿਲ੍ਹਾ ਰੂਪਨਗਰ ਰੋਪੜ ਦਾ ਇੱਕ ਪਿੰਡ ਹੈ ਜਿਸ ਵਿੱਚ ਪੰਚਾਇਤੀ ਚੋਣਾਂ ਲੜ ਰਹੇ ਇੱਕ ਉਮੀਦਵਾਰ ਦੀ ਨਾਮਿਤਗੀ ਰਿਟਰਨਿੰਗ ਅਫਸਰ ਵੱਲੋਂ ਬਿਨਾਂ ਕਿਸੇ ਵਿਧਾਨਕ ਨਿਯਮ ਦੇ ਰੱਦ ਕੀਤੇ ਜਾਣ ਤੋਂ ਹੈਰਾਨ ਹੁੰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰਾਜ ਚੋਣ ਕਮਿਸ਼ਨ ਨੂੰ ਆਰੋ ਖਿਲਾਫ ਕਾਰਵਾਈ ਕਰਕੇ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਵੀ ਦੇ ਦਿੱਤੇ ਨੇ ਹਾਲਾਂਕਿ ਕੱਲੇ ਆਰੋ ਇੱਥੇ ਨਹੀਂ ਹੋਣਗੇ ਰਿਟਰਨਿੰਗ ਅਫਸਰ ਪੰਜਾਬ ਦੇ ਵਿੱਚ ਕਈ ਪਿੰਡ ਨੇ ਜਿੱਥੇ ਲੋਕ ਕੁਰਲਾ ਰਹੇ ਨੇ ਪੰਚ ਸਰਪੰਚ ਉਮੀਦਵਾਰ ਕਿ ਆਰਓ ਨੇ ਔਰ ਹੋਰ ਬੀਡੀਪੀਓਜ਼ ਤੇ ਹੋਰ ਜਿਹੜੇ ਸਬੰਧਤ ਅਧਿਕਾਰੀ ਨੇ ਉਹਨਾਂ ਨੇ ਆਪਣੀ ਮਿਲੀ ਭੁਗਤ ਦੇ ਨਾਲ ਚੱਕਰਾਂ ਦੇ ਵਿੱਚ ਪਾਈ ਰੱਖਿਆ ਘੁੰਮਣ ਘੇਰੀਆਂ ਦੇ ਵਿੱਚ ਸਾਨੂੰ ਪਾਈ ਰੱਖਿਆ ਔਰ ਬਿਨਾ ਕਿਸੇ ਖਾਸ ਵਜ੍ਹਾ ਦੇ ਕਾਗਜ਼ ਰੱਦ ਕਰ ਦਿੱਤੇ ਔਰ ਸੱਤਾ ਧਿਰ ਦਾ ਜਿਵੇਂ ਇੱਕ ਪਿੰਡ ਦੇ ਵਿੱਚ 8 ਸਰਪੰਚ ਉਮੀਦਵਾਰਾਂ ਨੇ ਅਪਲਾਈ ਕੀਤਾ ਕਾਗਜ਼ ਭਰੇ ਉਸ ਦੇ ਵਿੱਚੋਂ ਸੱਤਾਂ ਦੇ ਰੱਦ ਹੋ ਜਾਂਦੇ ਨੇ ਤੇ ਇੱਕ ਜਿਸ ਦਾ ਸਬੰਧ ਸੱਤਾ ਧਿਰ ਨਾਲ ਹੁੰਦਾ ਹੈ ਉਸ ਨੂੰ ਕੋਈ ਆਬਜੈਕਸ਼ਨ ਨਹੀਂ ਕੀਤਾ ਜਾਂਦਾ ਇਸ ਤਰ੍ਹਾਂ ਦੇ ਦੋਸ਼ਾਂ ਨੂੰ ਲੈ ਕੇ ਹੀ ਜਿਹੜੀਆਂ ਪਟੀਸ਼ਨਾਂ ਨੇ ਬਹੁਤ ਪਈਆਂ ਨੇ ਪਰ ਇੱਥੇ ਇੱਕ ਮਾਮਲਾ ਜਿਹੜਾ ਰੋਪੜ ਦਾ ਤੁਹਾਨੂੰ ਦੱਸ ਰਹੇ ਹਾਂ ਜਿੱਥੇ ਹਾਈ ਕੋਰਟ ਨੇ ਬਕਾਇਦਾ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਕਿਹਾ ਹੁਕਮ ਦਿੰਦਾ ਹੈ ਕਿ ਉਸ ਆਰੋ ਦੇ ਖਿਲਾਫ ਸਖਤ ਐਕਸ਼ਨ ਕਰਕੇ ਸਟੇਟਸ ਰਿਪੋਰਟ ਦਾਖਲ ਕਰੋ ਤੇ ਨਾਲ ਹੀ ਆਰੋ ਦੇ ਫੈਸਲੇ ਤੇ ਵੀ ਰੋਕ ਲਗਾ ਦਿੱਤੀ ਹੈ ਹਾਈ ਕੋਰਟ ਨੇ ਆਪਣੇ ਹੁਕਮ ਚ ਕਿਹਾ ਕਿ ਆਰੋ ਵੱਲੋਂ ਪਟੀਸ਼ਨਰ ਦੇ ਨਾਮਦਗੀ ਪੱਤਰ ਰੱਦ ਕਰਨ ਦੇ ਫੈਸਲੇ ਤੇ ਰੋਕ ਲਗਾਉਂਦਿਆਂ ਹੋਇਆਂ ਸਾਡਾ ਵਿਚਾਰ ਹੈ ਕਿ ਆਰੋ ਦੇ ਵਿਹਾਰ ਦੀ ਵੀ ਰਾਜ ਚੋਣ ਕਮਿਸ਼ਨ ਵੱਲੋਂ ਨਿਰਪੱਖਤਾ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ ਇਸ ਨੂੰ ਅਨੁਸਾਰ ਹੀ ਰਾਜ ਚੋਣ ਕਮਿਸ਼ਨ ਪੰਜਾਬ ਨੂੰ ਵੀ ਕਾਨੂੰਨ ਅਨੁਸਾਰ ਆਰੋ ਖਿਲਾਫ ਉਚਿਤ ਕਦਮ ਚੁੱਕਣ ਤੇ ਆਪਣੀ ਰਿਪੋਰਟ ਪੇਸ਼ ਪੇਸ਼ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਨੇ ਜਸਟਿਸ ਵਿਨੋਦ ਐਸ ਭਰਦਵਾਜ ਅਤੇ ਜਸਟਿਸ ਹਰਪ੍ਰੀਤ ਬਰਾੜ ਦੇ ਡਿਵੀਜ਼ਨ ਬੈਂਚ ਨੇ ਰੂਪਨਗਰ ਜ਼ਿਲ੍ਹੇ ਦੇ ਰੰਗੀਲਪੁਰ ಗ್ರಾಮ ਪੰਚਾਇਤ ਦੇ ਸਾਬਕਾ ਸਰਪੰਚ ਸੁਨੀਲ ਕੁਮਾਰ ਦੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਇਹ ਹੁਕਮ ਦਿੱਤੇ ਨੇ 4 ਅਕਤੂਬਰ ਨੂੰ ਪਟੀਸ਼ਨਰ ਨੇ ਲੜਿੰਦੀ ਕਾਨੂੰਨੀ ਫੀਸ ਜਮ੍ਹਾਂ ਕਰਵਾ ਕੇ ਆਪਣਾ ਨਾਮਜ਼ਦੀ ਪੱਤਰ ਦਾਖਲ ਕੀਤਾ ਸੀ ਤੇ 5 ਅਕਤੂਬਰ ਨੂੰ ਜਾਂਚ ਕੀਤੀ ਜਾਣੀ ਸੀ ਸਕਰੂਟੀ ਹੋਣੀ ਸੀ ਤੇ ਉਸ ਦੇ ਵਿੱਚ ਪਤਾ ਲੱਗਦਾ ਕਿ ਉਸ ਦੇ ਜਿਹੜੇ ਆਰਓ ਨੇ ਸੂਚਿਤ ਕੀਤਾ ਕਿ ਪਟੀਸ਼ਨਰ ਦੇ ਨਾਮਜ਼ਦੀ ਪੱਤਰ ਨੂੰ ਵਿੱਤ ਕਮਿਸ਼ਨਰ ਪੰਜਾਬ ਵੱਲੋਂ ਗਠੇ ਤੇ ਕੁਝ ਪਦਰੀ ਕਮੇਟੀ ਵੱਲੋਂ ਕੀਤੀ ਸਿਫਾਰਿਸ਼ ਦੇ ਆਧਾਰ ਤੇ ਰੱਦ ਕੀਤਾ ਗਿਆ ਇਸ ਕਮੇਟੀ ਚ ਏਡੀਸੀ ਵਿਕਾਸ एसएस नगर एडीसी विकास एसबीएस नगर ते कार्यकारी इंजीनियर पंचायती राज रूपनगर शामिल ने केस दी ਸੁਣਵਾਈ ਦੌਰਾਨ ਰਾਜ ਸਰਕਾਰ ਦੇ ਵਕੀਲ ਕਿਸੇ ਵੀ ਵਿਧਾਨਕ ਧਾਰਾ ਦਾ ਜ਼ਿਕਰ ਨਹੀਂ ਕਰ ਸਕਕੇ ਜਿਸ ਦੇ ਆਧਾਰ ਤੇ ਉਮੀਦਵਾਰ ਦੀ ਅਰਜ਼ੀ ਨੂੰ ਰੱਦ ਕੀਤਾ ਜਾ ਸਕਦਾ ਰਾਜ ਦੇ ਵਕੀਲ ਕਿਸੇ ਵੀ ਵਿਧਾਨਕ ਵਿਵਸਥਾ ਦਾ ਜ਼ਿਕਰ ਕਰਨ 'ਚ ਸਫਲ ਰਹੇ ਜਿਸ ਸੰਸਾਰ ਇੱਕ ਕਮੇਟੀ ਦੁਆਰਾ ਪੇਸ਼ ਕੀਤੀ ਜਾਣ ਵਾਲੀ ਜਾਂਚ ਰਿਪੋਰਟ ਤੇ ਨਾਮਜ਼ਦਗੀ ਪੱਤਰਾਂ ਦੀ ਜਾਂਚ ਕੀਤੀ ਜਾਣੀ ਜ਼ਰੂਰੀ ਹੈ ਜਿਸ ਨੂੰ ਰਾਜ ਦੇ ਅਧਿਕਾਰੀਆਂ ਦੁਆਰਾ ਗਠਿਤ ਕੀਤਾ ਜਾ ਸਕਦਾ ਹੈ ਆਰਓ ਦੇ ਫੈਸਲੇ ਤੇ ਰੋਕ ਲਗਾਉਂਦੇ ਹੋਏ ਬੈਂਚ ਨੇ ਪਟੀਸ਼ਨਰ ਨੂੰ ਇਸ ਪਟੀਸ਼ਨ ਦੇ ਅੰਤਿਮ ਨਤੀਜੇ ਦੇ ਅਧੀਨ ਚੋਣ ਪ੍ਰਕਿਰਿਆ 'ਚ ਹਿੱਸਾ ਲੈਣ ਦੀ ਆਗਿਆ ਦੇ ਦਿੱਤੀ ਹੈ ਕਿ ਉਹ ਚੋਣ ਦੇ ਵਿੱਚ ਹਿੱਸਾ ਜ਼ਰੂਰ ਲਵੇਗਾ ਕਿਉਂਕਿ ਆਰਓ ਨੇ ਉਸਦੇ ਕਾਗਜ਼ ਬਿਨਾਂ ਕਿਸੇ ਖਾਸ ਠੋਸ ਕਾਰਨ ਦੇ ਰੱਦ ਕੀਤੇ ਨੇ ਯਾਨੀ ਕਿ ਉਸਨੇ ਹੇਰਾ ਫੇਰੀ ਕੀਤੀ ਹੋ ਸਕਦੀ ਹੈ ਕਪਲੇਬਾਜੀ ਕੀਤੀ ਹੋ ਸਕਦੀ ਹੈ ਤਾਂ ਹੀ ਹਾਈ ਕੋਰਟ ਨੂੰ ਇਹ ਫੈਸਲਾ ਸੁਣਾਉਣਾ ਪਿਆਰ ਕਾਨੂੰਨ ਦੇ ਮੁਤਾਬਕ ਉਸ ਦੇ ਖਿਲਾਫ ਪੰਜਾਬ ਰਾਜ ਕੋ ਚੋਣ ਕਮਿਸ਼ਨ ਨੂੰ ਐਕਸ਼ਨ ਲੈਣ ਤੇ ਉਸ ਤੋਂ ਬਾਅਦ ਸਟੇਟਸ ਰਿਪੋਰਟ ਦਾਖਲ ਕਰਨ ਦਾ ਵੀ ਜਿਹੜੀ ਆ ਗੱਲ ਕਹਿ ਦਿੰਦੀ ਹੈ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਇਸ ਤਰ੍ਹਾਂ ਦੇ ਹੋਰ ਕਈ ਆਰੋ ਹੋਣਗੇ ਜਿਨ੍ਹਾਂ ਦੇ ਖਿਲਾਫ ਜਾਂ ਬੀਡੀਪੀਓਜ਼ ਆਉਣ ਵਾਲੇ ਸਮੇਂ ਦੇ ਵਿੱਚ ਸਖਤ ਐਕਸ਼ਨ ਹੋ ਸਕਦਾ ਹੈ ਇੱਥੇ ਪਿੰਡ ਰੰਗੀਲਪੁਰ ਜ਼ਿਲ੍ਹਾ ਰੂਪਨਗਰ ਦਾਸੀ ਜਿੱਥੇ ਦੀ ਇੱਕ ಗ್ರಾಮ ਪੰਚਾਇਤ ਦੀ ਪਟੀਸ਼ਨ ਜਿਹੜਾ ਸਾਬਕਾ ਸਰਪੰਚ ਨੇ ਪਾਈ ਇਸ ਦੇ ਆਧਾਰ ਦੇ ਉੱਤੇ ਹਾਈ ਕੋਰਟ ਨੇ ਆਪਣੀ ਇੱਕ ਸਖਤ ਟਿੱਪਣੀ ਵੀ ਕੀਤੀ ਹੈ ਹੁਣ ਜਿੱਥੋਂ ਤੱਕ ਰਹੀ ਕਿ ਗੱਲ ਬੇਨਿਜਮੀਆਂ ਦੀ ਇੱਕ ਧਾਰਨੀ ਹੈ ਬਹੁਤ ਪਿੰਡਾਂ ਦੇ ਵਿੱਚੋਂ ਕਿਉਂਕਿ 600 ਤੋਂ ਪਾਰ ਹੋ ਗਈਆਂ ਨੇ ਪਟੀਸ਼ਨਾਂ ਲਗਾਤਾਰ ਪੈ ਰਹੀਆਂ ਨੇ ਔਰ ਇਸ ਮਾਮਲੇ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਸੀਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਪਟੀਸ਼ਨਾਂ ਪਾਵਾਂਗੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਭਾਜਪਾ ਬਹੁਤ ਸਾਰੇ ਲੋਕ ਨੇ ਆਪਣੇ ਪੱਦਰ ਦੇ ਉੱਤੇ ਵੀ ਜਾ ਰਹੇ ਨੇ ਪਟੀਸ਼ਨਾਂ ਪਾਉਣ ਦੇ ਲਈ ਨਵੀਆਂ ਪਟੀਸ਼ਨਾਂ ਤੇ ਜਿਹੜੀ ਐ ਸੁਣਵਾਈ ਹੋਣੀ ਹੈ ਉਸ ਮਸਲੇ ਦੇ ਵਿੱਚ ਉਸ ਸੋਮਵਾਰ ਨੂੰ ਹੋਣੀ ਅਦਾਲਤ ਵਿੱਚ ਨਵੀਆਂ ਪਟੀਸ਼ਨਾਂ ਲਗਾਤਾਰ ਦਾਇਰ ਹੋ ਰਹੀਆਂ ਨੇ ਅਦਾਲਤ ਵੱਲੋਂ ਪਹਿਲਾਂ ਹੀ 9 ਅਕਤੂਬਰ ਨੂੰ ਕਰੀਬ 250 ਪੰਚਾਇਤਾਂ ਦੀ ਚੋਣ ਤੇ ਰੋਕ ਲਗਾ ਦਿੱਤੀ ਗਈ ਸੀ ਹਾਈ ਕੋਰਟ ਦੇ ਸਖਤ ਰੋਮ ਅਗਰੋਂ ਕੁੱਲ ਪਟੀਸ਼ਨਾਂ ਦੀ ਗਿਣਤੀ ਲਗਾਤਾਰ ਵੱਧੀ ਜਾ ਰਹੀ ਹੈ ਪੰਜਾਬ ਤੇ ਰਣਾ ਹਾਈ ਕੋਰਟ ਚ ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਪੰਜ ਸਰਪੰਚ ਉਮੀਦਵਾਰ ਪਹੁੰਚੇ ਹੁੰਦੇ ਨੇ ਤੇ ਹੁਣ 14 ਅਕਤੂਬਰ ਨੂੰ ਅਗਲੀ ਸੁਣਵਾਈ ਰੱਖੀ ਗਈ ਹੈ ਜਿੰਨਾ ਪਟੀਸ਼ਨਾਂ ਦੇ ਉੱਤੇ ਰੋਕ ਲੱਗੀ ਸੀ ਪਟੀਸ਼ਨਾਂ ਦੇ ਕਰਕੇ ਪੰਗ੍ਰਾਮ ਪੰਚਾਇਤਾਂ ਤੇ ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਗੈਰੀ ਆਖ ਰਹੇ ਨੇ ਕਿ ਅੱਜ ਅਦਾਲਤ ਵਿੱਚ ਅਰਜੀ ਲਾਈ ਗਈ ਹੈ 16 ਅਕਤੂਬਰ ਵਾਲੀਆਂ ਪਟੀਸ਼ਨਾਂ ਦੀ ਸੁਣਵਾਈ ਵੀ 14 ਅਕਤੂਬਰ ਤੀ ਰੱਖ ਲਈ ਜਾਵੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਚੋਣਾ ਅੱਗੇ ਪਾਉਣ ਦਾ ਕੋਈ ਇਰਾਦਾ ਨਹੀਂ ਹੈ ਨਾ ਹੀ ਚੋਣ ਪ੍ਰਕਿਰਿਆ ਤੇ ਕੋਈ ਅਸਰ ਪਵੇਗਾ ਜਿਆਦਾ ਪਟੀਸ਼ਨਾਂ ਉਮੀਦਵਾਰਾਂ ਵੱਲੋਂ ਨਾਮਜ਼ਦੀ ਪੱਤਰ ਦਾਖਲ ਕਰਨ ਤੋਂ ਰੋਕੇ ਜਾਣ ਜਾਂ ਫਿਰ ਕਾਗਜ਼ ਰੱਦ ਕੀਤੇ ਜਾਣ ਨਾਲ ਸਬੰਧਤ ਨੇ ਗਿੱਦੜਵਾ ਹਲਕੇ ਦੇ ਉਮੀਦਵਾਰਾਂ ਨਾਲ ਧੱਕੇਸ਼ਾਹੀ ਹੋਣ ਦੇ ਇਲਜ਼ਾਮ ਕਾਂਗਰਸ ਵੱਲੋਂ ਲਗਾਏ ਜਾ ਰਹੇ ਨੇ ਤੇ ਪੰਚਾਇਤ ਚੋਣਾਂ ਵਿੱਚ ਹੋਈਆਂ ਕਥਿਤ ਬੇਨਿਯਮੀਆਂ ਕਰਕੇ ਪਟੀਸ਼ਨਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਜਿਸ ਨਾਲ ਵਕੀਲਾਂ ਦਾ ਕੰਮ ਵੀ ਵਧ ਗਿਆ ਤੇ ਰਿਪੋਰਟਾਂ ਮੁਤਾਬਕ ਰਿਟਰਨਿੰਗ ਅਫਸਰ ਹਾਈ ਕੋਰਟ ਦੀ ਸਖਤੀ ਕਰਕੇ ਡਰੇ ਹੋਏ ਨੇ ਤੇ ਪੀੜਤ ਉਮੀਦਵਾਰਾਂ ਨੂੰ ਕਾਫੀ ਉਮੀਦ ਜਾਗੀ ਹੈ ਸਾਰੇ ਕਹਿ ਰਹੇ ਨੇ ਜਿਨ੍ਹਾਂ ਨੂੰ ਵੀ ਪੁੱਛ ਲਓ ਪੰਜ ਸਰਪੰਚ ਉਮੀਦਵਾਰ ਜਿਨ੍ਹਾਂ ਦੇ ਕਾਗਜ਼ ਰੱਦ ਹੋਏ ਜਾਂ ਫਿਰ ਜਮ੍ਹਾਂ ਹੀ ਨਹੀਂ ਹੋਣ ਦਿੱਤੇ ਗਏ ਕਿਸੇ ਵਜ੍ਹਾ ਕਰਕੇ ਚਾਹੇ ਉੱਥੇ ਸਰਕਾਰੀ ਜ਼ਬਰ ਕੀਤਾ ਗਿਆ ਹੋਵੇ ਜਾਂ ਅਫਸਰਾਂ ਨੇ ਉੱਥੇ ਧੱਕੇਸ਼ਾਹੀ ਕੀਤੀ ਹੋਵੇ ਇਹਨਾਂ ਇਲਜ਼ਾਮਾਂ ਦੇ ਵਿੱਚ ਪੰਜ ਸਰਪੰਚ ਉਮੀਦਵਾਰਾਂ ਦੀ ਉਮੀਦਾਂ ਵਾਕਈ ਜਾਗ ਪਈਆਂ ਨੇ ਕਿ ਹਾਈ ਕੋਰਟ ਦੇ ਵਿੱਚ ਹੀ ਉਹਨਾਂ ਨੂੰ ਹੁਣ ਰਾਹਤ ਮਿਲ ਸਕਦੀ ਹੈ ਪੰਜਾਬ ਸਰਕਾਰ ਤੋਂ ਕੋਈ ਬਹੁਤੀ ਆਸ ਉਹਨਾਂ ਨੇ ਛੱਡ ਦਿੱਤੀ ਹੈ ਰੱਖਣੀ ਕਿ ਉਹ ਸਾਨੂੰ ਇਨਸਾਫ਼ ਦੇਣਗੇ ਇਸੇ ਕਰਕੇ ਕਈ ਰਿਟਰਨਿੰਗ ਅਫਸਰ ਅਡਾਰ ਦੇ ਉੱਤੇ ਚੱਲ ਰਹੇ ਨੇ ਕਈਆਂ ਦੀ ਸ਼ਮਤ ਆ ਸਕਦੀ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਇਸ ਦੇ ਵਿੱਚ ਸਿਆਸੀ ਆਗੂਆਂ ਦਾ ਕੁਝ ਨਹੀਂ জানা ਹਾਲਾਂਕਿ ਕਈ ਵਿਧਾਇਕਾਂ ਦੇ ਉੱਤੇ ਵੀ ਆਮ ਆਦਮੀ ਪਾਰਟੀਆਂ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਵੀ ਧੱਕੇਸ਼ਾਹੀ ਕਰਵਾਈ ਹੈ ਔਰ ਪੁਲਿਸ ਨਾਲ ਮਿਲ ਕੇ ਔਰ ਰਿਟਰਨਿੰਗ ਅਫਸਰਾਂ ਨਾਲ ਮਿਲ ਕੇ ਤਾਂ ਇਹ ਮਿਲੀ ਭੁਗਤ ਕਿਵੇਂ ਆਈ ਇਸ ਦੇ ਵਿੱਚ ਕਿਸ-ਕਿਸ ਦੀ ਭੂਮਿਕਾ ਕਿਵੇਂ ਆਉਂਦੀ ਹੈ ਕਿ ਹਾਈ ਕੋਰਟ ਦੀਆਂ ਇਹ ਟਿੱਪਣੀਆਂ ਉਹਨਾਂ ਦੇ ਉੱਤੇ ਵੀ ਅਸਰ ਕਰਨਗੀਆਂ ਸਿਆਸੀ ਰਸੂਖਦਾਰਾਂ ਤੇ ਵਿਧਾਇਕਾਂ ਦੇ ਉੱਤੇ ਵੀ ਜਾਂ ਫਿਰ ਇਸ ਦੇ ਵਿੱਚ ਕੱਲੇ ਰਿਟਰਨਿੰਗ ਅਫਸਰਿਸ਼ਕਾਰ ਹੋਣਗੇ ਜਿਨ੍ਹਾਂ ਨੂੰ ਦਬਕੇ ਦੇ ਨਾਲ ਜਾਂ ਫਿਰ ਕਿਸੇ ਹੋਰ ਵਜਾ ਦੇ ਕਰਕੇ ਆਪਣੇ ਵਸਤੇ ਵਿੱਚ ਕੀਤਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਜੋ ਟਿੱਪਣੀਆਂ ਆਉਂਦੀਆਂ ਨੇ ਕੋਸ਼ਿਸ਼ ਕਰਾਂਗੇ ਸਾਡੀ ਨਜ਼ਰ ਬਣੀ ਹੋਈ ਹੈ ਕਿ ਇਹਨਾਂ ਪਟੀਸ਼ਨਾਂ ਦੇ ਉੱਤੇ ਲਗਾਤਾਰ ਜਿਹੜੀ ਸੁਣਵਾਈ ਹੋ ਰਹੀ ਹੈ ਕਿੰਨੀਆਂ ਗ੍ਰਾਮ ਪੰਚਾਇਤਾਂ ਤੇ ਰੁਕ ਲੱਗਦੀ ਹੈ ਤੇ ਕਿੰਨੀਆਂ ਨੇਪਰੇ ਚੜਦੀਆਂ ਨੇ ਹਰ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਤੁਸੀਂ ਇਸੇ ਤਰ੍ਹਾਂ ਬਣੇ ਰਹੋ ABC ਪੰਜਾਬ ਦੇ ਨਾਲ